नशे करते हैं बनी है चढ़ते भी चढ़िया वा कसूता है अगे नहीं जा सकता है ਅੱਜ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਨਵੇਂ ਵਲੌਗ ਦੇ ਵਿੱਚ ਬਾਈ ਸਵਾਗਤ ਹੈ ਸਾਰਿਆਂ ਦਾ ਤੇ ਵਲੌਗ ਸ਼ੁਰੂ ਕਰਨ ਲੱਗਿਆ ਬਾਈ ਵਲੌਗ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਦੱਸਣੀ ਸੀ ਮੈਂ ਨਾ ਇੱਕ ਬਾਈ ਅੱਜ ਸਵੇਰੇ ਉਹ ਦੇਖ ਰਿਹਾ ਤਾਂ ਕਿ ਨਿਊਜ਼ ਜੀ ਆਈ ਸੀ ਸਾਹਮਣੇ ਵੀ ਜਿਹੜੇ ਆਪਣੇ ਵੀਰ ਗਏ ਵੇ ਉੱਥੇ ਹਨਾ ਸ਼ੰਭੂ ਬਾਰਡਰ ਪਰ ਜਾਂ ਕੋਈ ਅਲੱਗ ਅਲੱਗ ਬਾਰਡਰਾਂ ਪਰ ਗਏ ਵੇ ਹਨਾ ਦਿੱਲੀ ਦੇ ਬਾਰਡਰਾਂ ਪਰ ਤੇ ਰਿਪੋਰਟਰ ਮਤਲਬ ਕਿ ਅੱਧੇ ਤਾਂ ਗਲਤ ਨਿਊਜ਼ ਫੈਲਾਈ ਜਾਂਦੇ ਵੀ ਹਨਾ ਨਸ਼ੇ ਕਰਦੇ ਆ ਪੰਜਾਬ ਦੇ ਲੋਕ ਤੇ ਬਾਈ ਮੈਂ ਤੁਹਾਨੂੰ ਨਾ ਉਹ ਦੱਸਣੀ ਸੀ ਵੀ ਗੱਲ ਨਾ ਉਹਨਾਂ ਨੇ ਉਹ ਚਲਾਈ ਜਾਂਦੀਆਂ ਵੀ ਗੋਲੀਆਂ ਗੋਲੀਆਂ ਖਾਂਦੇ ਆ ਕੋਈ ਉਹ ਵੀ ਜਿਹੜੀਆਂ ਨਸ਼ਾ ਛਡਾਉਣੇ ਵਾਸਤੇ ਹਨਾ ਜੀਵ ਜੋਬ ਥੱਲੇ ਰੱਖਣ ਵਾਲੇ ਹੁੰਦੇ ਆ ਮੈਨੂੰ ਤਾਂ ਪਤਾ ਨਹੀਂ ਆਪਾਂ ਨੂੰ ਤਾਂ ਤੇ ਜੇ ਸੁਣੀ ਸਾਣੇ ਦੀ ਗੱਲ ਹੈ ਠੀਕ ਹੈ ਵੀ ਬਾਈ ਉਹ ਨਸ਼ਾ ਨੁਸ਼ਾ ਦੂਜਾ ਨਾ ਕਰੇ ਕਰੋ ਠੀਕ ਹੈ ਜਿਹੜਾ ਗੋਲੀਆਂ ਗੋਲੀਆਂ ਵਾਲਾ ਹੁੰਦਾ ਮੈਡੀਕਲ ਨਸ਼ਾ ਹੁੰਦਾ ਏ ਤੁਹਾਨੂੰ ਪਤਾ ਉਹ ਸਰੀਰ ਨੂੰ ਬਾਈ ਅੰਦਰੋਂ ਅੰਦਰ ਹੀ ਖੋਖਲਾ ਕਰ ਦਿੰਦਾ ਠੀਕ ਹੈ ਹਾਂ ਉਹ ਕਰ ਲਿਆ ਜਿਹੜਾ ਆਪਣਾ ਮੈਂ ਪਹਿਲੀ ਗੱਲ ਤਾਂ ਦੱਸ ਦਵਾਂ ਨਸ਼ਾ ਨੂੰ ਪ੍ਰਮੋਟ ਨਹੀਂ ਕਰਦਾ ਤੇ ਉਹਦੇ ਨਾਲ ਤੇ ਲੱਖ ਦਰਜ ਚੰਗੀ ਆ ਫੀਮ ਭੁੱਕੀ ਭਾਕੀ ਇਹ ਚੀਜ਼ਾਂ ਹੈ ਠੀਕ ਹੈ ਕਿਉਂਕਿ ਇਹ ਚੀਜ਼ਾਂ ਨੈਚੁਰਲ ਚੀਜ਼ਾਂ ਹੈ ਬਾਈ ਠੀਕ ਹੈ ਆਮ ਪਤਾ ਹੀ ਹੈ ਪਰ ਮੈਂ ਨੈਚੁਰਲ ਇਹੋ ਜਿਹੇ ਨਸ਼ਿਆਂ ਨੂੰ ਬਾਈ ਪ੍ਰਮੋਟ ਨਹੀਂ ਕਰਦਾ ਕਿਸੇ ਵੀ ਟਾਈਪ ਦੇ ਨਸ਼ਿਆਂ ਨੂੰ ਵੈਸੇ ਹੀ ਦੱਸ ਰਿਹਾ ਸਿਰਫ ਇੱਕ ਵੀ ਮੈਡੀਕਲ ਨਸ਼ੇ ਨਾਲ ਤੇ ਲੱਖ ਦਰਜ ਵਧੀਆ ਹੋ ਠੀਕ ਹੈ ਕਿਉਂਕਿ ਮੈਡੀਕਲ ਨਸ਼ੇ ਨੇ ਬਾਈ ਸਰੀਰ ਖਤਮ ਕਰ ਦੇਣਾ ਐਟ ਲਾਸਟ ਮਤਲਬ ਕਿ ਐਂਡ ਸਟੇਜ ਤੇ ਉਹਨੇ ਖਤਮ ਕਰ ਦੇਣਾ ਤੇ ਆਈ ਆ ਵੀ ਉਹ ਜਿੰਨਾ ਹੋ ਸਕੇ ਵੀ ਇਹਨਾਂ ਨਸ਼ਿਆਂ ਤੋਂ ਦੂਰ ਹੀ ਰਹੇ ਬੰਦਾ ਠੀਕ ਹੈ ਵੀ ਉਹ ਨਾ ਕਰੇ ਵੀ ਰਿਪੋਰਟਰਾਂ ਨੇ ਅੱਧੇ ਨਾਲ ਗੱਲ ਜੀ ਫੈਲਾਈ ਵੀ ਸੀ ਨਾ ਵੀ ਇਹ ਗੋਲੀਆਂ ਗਾਲੀਆਂ ਖਾਂਦੇ ਜੇ ਵੋ ਹਨਾ ਪਰ ਇਹ ਚੀਜ਼ ਨਾ ਕਰੋ ਬਾਈ ਆਪਣੀ ਬਦਨਾਮੀ ਠੀਕ ਨਹੀਂ ਇਹਦੇ ਵਿੱਚ ਬਦਨਾਮੀ ਪੰਜਾਬ ਦੀ ਉਹ ਹੁੰਦੀ ਹੋਰ ਤਾਂ ਕਿਸੇ ਦੀ ਨਹੀਂ ਹੁੰਦੀ ਹੈਗੀ ਤੇ ਬਾਈ ਅਸੀਂ ਨੇ ਨਾ ਅੱਜ ਕਣਕ ਧੋਤੀ ਦੀ ਠੀਕ ਹੈ ਤੇ ਇੱਥੇ ਨਾ ਮਤਲਬ ਕਿ ਢੇਰੀ ਜੀ ਲਾਈ ਤੀ ਮੈਂ ਠੀਕ ਹੈ ਤੇ ਜਦ ਆ ਕੇ ਮੈਂ ਕੋਠੇ ਪਰ ਦੇਖਿਆ ਕਿਉਂਕਿ ਮੈਂ ਪਿਆ ਤਾਂ ਥੱਲੇ ਤੇ ਜਦੋਂ ਮੈਂ ਆ ਕੇ ਦੇਖਿਆ ਆਏ ਬੈਠੇ ਆ ਕਸਟਮਰ ਆਪਣੇ ਕਸਟਮਰ ਨਹੀਂ ਇਹ ਗਾਹਕ ਬੈਠੇ ਆ ਇਹਨਾਂ ਨੂੰ ਬਾਈ ਸਾਰਿਆਂ ਨੇ ਮੈਂ ਕਹਿੰਦਾ ਘੱਟੋ ਘੱਟ 5 ਕਿਲੋ ਕਣਕ ਖਾ ਗਏ ਹੋਣੇ ਇਹ ਕਬੂਤਰ ਓਏ ਠਾਲੇ ਇਹਨਾਂ ਨੂੰ ਪੌਂਕ ਸਾਲਿਆ ਤੇਰੇ ਹੁੰਦੇ ਕਣਕ ਖਾਈ ਜਾ ਰਹੇ ਇਹ ਉਸ਼ ਜੇ ਮੈਂ ਕਹਿੰਦਾ ਮੈਂ ਘੰਟਾ ਨਾ ਆਉਂਦਾ ਨਾ ਤਾਂ ਕਣਕ ਉਰੇ ਖਾਲੀ ਹੋਣੀ ਤੀ ਸਾਰੀ ਐਸੇ ਢੇਰੀ ਲਾਈ ਵੀ ਤੀ ਮੈਂ ਸਾਲੇ ਉਹ ਖਾ ਗਏ ਸਾਰੀ 5 ਕਿਲੋ ਚੱਲ ਕੋਈ ਗੱਲ ਨਹੀਂ ਚੱਲ ਕੋਲ ਬੈਠ ਉਹ ਪੈਸੇ ਲੈ ਲਈ ਚਲੋ ਜੀ ਅੱਜ ਕਹਿੰਦੇ ਕੱਪੜਾ ਕੁਪੜਾ ਮਾਰ ਕੇ ਸਕੂਟਰ ਤੇ ਬਾਹਰ ਖੜਾ ਲਿਆ ਠੀਕ ਹੈ ਤੇ ਮੈਂ ਤੁਹਾਨੂੰ ਦੱਸਦਾ ਬਾਈ ਅਸੀਂ ਇਹਦੇ ਨਾਲ ਚੌੜ ਪਤਾ ਕਾਤੇ ਨਹੀਂ ਕਰਦੇ ਹੈਗੇ ਵੀ ਜੇ ਚੌੜ ਚੂੜ ਕਰ ਲਈਏ ਤਾਂ ਵਿੱਚ ਤੇ ਖੁੱਲ ਜਾਣਾ ਇਹਨੇ ਤੁਹਾਨੂੰ ਦਿਖਾਉਂਦਾ ਮੈਂ ਆਹ ਚੈੱਕ ਕਰੋ ਜੰਗ ਲੱਗੀ ਵੀ ਠੀਕ ਹੈ ਮਤਲਬ ਕਿ ਇੱਥੇ ਜੰਗ ਲੱਗੀ ਵੀ ਬਾਕੀ ਕਿਤੇ ਨਹੀਂ ਹੈਗੀ ਠੀਕ ਹੈ ਐਵੇਂ ਦੀ ਉੱਧਰ ਹੈ ਤੇ ਹੁਣ ਤੁਹਾਨੂੰ ਪਤਾ ਜੇ ਮਾੜਾ ਜਿਹਾ ਚੱਕ ਕੇ ਅੱਗੇ ਤੇ ਦੱਬ ਕੇ ਵੱਜਿਆ ਠੀਕ ਹੈ ਐ ਨਹੀਂ ਪਤਾ ਵਿੱਚ ਤੇ ਖੁੱਲ ਜਾਵੇ ਬੋਰੀ 'ਚ ਇਕੱਠਾ ਕਰਕੇ ਲਿਆਉਣਾ ਪਵੇ ਤਾਂ ਕਰਕੇ ਇਹਦੇ ਨਾਲ ਚੌੜ ਚੂੜ ਘੱਟੇ ਕਰਦੇ ਆ ਵੀ ਤਾਂ ਮਾੜੀ ਮੋਟੀ ਜਾਂ ਵਿਲੀ ਹੋ ਗਈ ਵਿਲੀ ਦਾ ਮਤਲਬ ਚਕਾਉਣਾ ਹੁੰਦਾ ਅੱਗੇ ਦੇ ਹਨਾ ਡ੍ਰਿਫਟ ਡਰੁਫਟ ਜਾਂ ਘੁਮਾ ਕੇ ਘੁਮਾ ਲਈਦਾ ਠੀਕ ਆ ਹੋਰ ਇਹਦੇ ਨਾਲ ਕੋਈ ਚੌੜ ਚੂੜ ਅਲਾਊ ਨਹੀਂ ਹੈਗੀ ਠੀਕ ਆ ਨਹੀਂ ਫਿਰ ਕਬਾੜ ਦੇ ਭਾਏ ਵਿਕਣਾ ਇਹਨੇ ਤਾਂ ਕਰਕੇ ਨਹੀਂ ਕਰਾਉਂਦੇ ਹੈਗੇ ਮੈਂ ਅੱਧੇ ਕਹਿ ਦਿੰਦੇ ਆ ਨਾ ਵੀ ਅੱਗੇ ਤੇ ਚੱਕ ਕੇ ਦਿਖਾਓ ਮੇਰਾ ਵੀਰ ਤਾਂ ਕਰਕੇ ਨਹੀਂ ਚੱਕਦੇ ਹੈਗੇ ਨਹੀਂ ਹੋਰ ਕੋਈ ਇਸ਼ੂ ਨਹੀਂ ਹੈਗਾ ਨਹੀਂ ਤੁਹਾਨੂੰ ਪਤਾ ਆਪਣਾ ਦਿਮਾਗ ਪੁੱਠਾ ਏ ਲੋ ਵੀ ਮਿੱਤਰੋ ਕਹਿੰਦੇ ਹੁਣ ਚੱਲੀਏ ਫਿਰ ਬਾਹਰ ਨੂੰ ਠੀਕ ਆ ਜੇ ਤੱਕ ਚੱਕ ਕੇ ਵਾਰੀ ਵਾਰੀ ਦਿਨ ਰੱਖੇ ਮੈਂ ਬਾਈ ਆਪਾਂ ਨੇ ਠੀਕ ਹੈ ਜਦ ਬੁਲਟ ਹੱਥ ਹੁੰਦਾ ਫਿਰ ਬੁਲਟ ਚਲਾ ਲਈਦਾ ਏ ਜਦ ਚੇਤਕ ਚਲਾਉਣ ਦਾ ਜੀ ਕਰਦਾ ਚੇਤਕ ਚਲਾ ਲਈਦਾ ਏ ਗੱਡੀ ਚਲਾਉਣ ਦਾ ਜੀ ਕਰਦਾ ਆਹ ਚਲਾ ਲਈਦੀ ਉਹ ਚਲਾ ਲਈਦੀ ਨਹੀਂ ਠੀਕ ਆ ਵਾਰੀ ਵਾਰੀ ਦਿਨ ਰੱਖੇ ਹੋਏ ਆ ਉਹੀ ਨਾ ਹੁਣ ਕਹਿ ਦੇ ਉਰੇ ਵੀ ਫੁਕਰੀ ਮਾਰਦਾ ਹੈ ਚੱਲ ਜੇ ਸੁੱਖ ਨਾਲ ਚੀਜ਼ ਹੈਗੀ ਹੈ ਤਾਂ ਕਰਕੇ ਚਲਾਈਦੀ ਹੈ ਨਹੀਂ ਆਪਾਂ ਬਗਾਨੀ ਕਿਹੜੀ ਮੰਗੀ ਹੈ ਉਹ ਜੀ ਕਹਿੰਦੇ ਵੀਡੀਓ ਨਹੀਂ ਬਣੀ ਹੈਗੀ ਇਹਦੀ ਚੜ੍ਹਦੇ ਦੀ ਚੜਿਆ ਵਾ ਕਸੂਤਾ ਏ ਅੱਗੇ ਨਹੀਂ ਜਾ ਸਕਦਾ ਹਨਾ ਇਹ ਤੇ ਅੱਗੇ ਤਾਂ ਨਹੀਂ ਜਾ ਸਕਦਾ ਹਜੇ ਤਾਂ ਹੈ ਉਹ ਪਹਿਲੇ ਗੇਅਰ ਚ ਤਾ ਫੜੀ ਛਲਾਂਗੇ ਮਰਾ ਦੇ ਸਾਲਾ ਛਾਲ ਨਹੀਂ ਬੁੱਝਣੀ ਛਲਾਂਗ ਮਰਾ ਤੂੰ ਉਹ ਤੇਰੀ ਫਸ ਗਿਆ ਤਾ ਪਿਆ ਕੇ ਲਿਆ ਕਿਤੇ ਨਹੀਂ ਇੱਕ ਨੂੰ ਆਪ ਦਾ ਸਨੱਖਾ ਚੱਕਿਆ ਵਾ ਦੂਜੀ ਕਬਾੜੇ ਲੱਗਦੀ ਹੁੰਦੀ ਕਬਾੜ ਕੱਟ ਦੇਣਾ ਓਏ ਆ ਦੇਖੋ ਬਾਈ ਦੂਜਿਆਂ ਦੀ ਚੀਜ਼ਾਂ ਨੂੰ ਦੱਸਦਾ ਪਿਆ ਕੇ ਲਿਆ ਲੈ ਵੀ ਜਾਣ ਗਏ ਇੰਨੀ ਦੂਰ ਤੇ ਗਿਆ ਲਿਆਉਂਦਾ ਪਿਆ ਕੇ ਲੈ ਗਏ ਕਾਹਨੂੰ ਬੜਾ ਇਹਨੇ ਉਰੇ ਬ੍ਰੇਕ ਲਾ ਤੇ ਉਰੇ ਇਹਨੂੰ ਆ ਕੇ ਉਰੇ ਆ ਕੇ ਬ੍ਰੇਕ ਲਾ ਤੇ ਤੈਂ ਉਹਨੂੰ ਦੇਖੀ ਹੁਣ ਹੈਵੀ ਡਰਾਈਵਰ ਨੂੰ ਸਿੱਖ ਲੈ ਕੁਛ ਉਹਤੇ ਆਹੀ ਕੁਛ ਸਿੱਖੀ ਦਾ ਉਹਦਾ ਹੋਰ ਦੱਸ ਗਿਆ ਸਿੱਖਣਾ ਆਏ ਨੇ ਵੀ ਰੋਕਤਾ ਉਹ ਮੈਨੂੰ ਦੇ ਹੁਣ
ਹੁਣ ਤੂੰ ਮੰਨੂ ਦੇ ਤੂੰ ਮੰਨੂ ਦੇ ਹੁਣ ਹੈ ਤੂੰ ਐਂ ਕਰ ਮੰਨੂ ਦੇ ਮੈਂ ਤੇਰਾ ਵੀਡੀਓ ਬਣਾ ਦੇਣੀ ਤੇਰਾ ਜੂੜਾ ਦਿਖ ਜਾਣਾ ਜੂੜੇ ਨੂੰ ਦੱਸ ਗਿਆ ਯਾਰ ਇੱਕ ਦੇ ਹੁੰਦਾ ਗੱਲ ਸੁਣ ਮੈਂ ਡਾਰੀ ਮਾਰਦਾ ਉਹ ਜਾਣਾ ਇੱਟਾਂ ਵਾ ਚੜਾਉਣਾ ਚਾਸੀ ਦਾ ਮੈਂ ਕਹਿੰਦਾ ਟੁੱਟ ਵੀ ਗਈ ਅਦੇ ਤਰੇੜ ਜੀ ਪਈ ਵੀ ਲੱਗਦੀ ਅਦੇ ਤਰੇੜ ਜੀ ਪਈ ਵੀ ਹੈ ਕਹਿ ਕੇ ਹਟਿਆ ਆਪੇ ਚੜਾਈ ਜਾਂਦਾ ਫਿਰ ਚੱਲਦਾ ਉਰੇ ਮਾਈਨਸ ਵਾਲੀ ਬਾਈ ਅਗਲੇ 10,000 ਰੁਪਏ ਮਾਈਨਸ ਵਾਲੀ ਲੈਟ ਇਹਦੇ ਨਿਕਲਣਾ ਵੀ ਨੀ ਝੂਟੇ ਮਰਾਉਣੇ ਪੈਣੇ ਪਜਾ ਕੇ ਨਾ ਬਾਈ ਹਜੇ ਚੜਿਆ ਨੀ ਚੜਾ ਕੇ ਉਰੇ ਲੈ ਕੇ ਆਉਣਾ ਉਰੇ ਉਰੇ ਚੜਾ ਓਏ ਗੇੜਤਾ ਸਕੂਟਰ ਹੈ ਸਕੂਟਰ ਹੈ ਰੇਤਾ ਦੇ ਕਿਵੇਂ ਕੰਡਾਣ ਲੱਗਾ ਵਾ ਆ ਦੇਖ ਆਪਣੀ ਵਾਰ ਨੂੰ ਛਾਲਾ ਦੂਜੀ ਵਾਰ ਨੂੰ ਗਾਲਾਂ ਕੁਛ ਨੀ ਹੋਇਆ ਰੇਤਾ ਫਸਿਆ ਬਸ ਆ ਦੇ ਝੋਟਾ ਇਹ ਤੈਨੂੰ ਕਿਹਾ ਦਾ ਐਗਜ਼ੌਸਟ ਬਣਾ ਲੈ ਕਿਤੇ ਨੀ ਚੱਲ ਉਹ ਪੰਪ ਦੇਖੀ ਜੇ ਕਿਸੇ ਨੂੰ ਪੰਪ ਦੇ ਦਈਏ ਨਾ ਆਪਾਂ ਬੰਦੇ ਨੂੰ ਪੰਪ ਦਿਆ ਮਾੜਾ ਪੰਪ ਇੰਨੀ ਕੁੱਤੀ ਜੀ ਆ ਦੇਖ ਲੈ ਨਿਆਣੇ ਪਾਸੇ ਹੋ ਜਾ ਵਰਲਡ ਵਾਰ 3 ਦਾ ਡਿਸਕਵਰੀ ਚੈਨਲ ਪਰ ਵੀਡੀਓ ਆਊਗੀ ਓਏ ਆਹ ਏ ਇੱਕ ਵਾਰੇ ਜਾਂਦਾ ਹੁੰਦਾ ਲੈ ਆ ਬੈਕ ਰਹਿਣ ਦੇ ਮੈਂ ਹੁਣ ਮੈਂ ਜਿੱਤੜਵਾਣਾ ਮੇਰੇ ਕੋਲ ਤੈਨੂੰ ਤਾਂ ਨਹੀਂ ਤੈਨੂੰ ਪਤਾ ਮੰਨੂ ਮੈਂ ਇੰਜਨ ਵਿੱਚ ਤੇ ਕੋਲ ਜਿੱਤੜਵਾਣਾ ਮੇਰੇ ਕੋਲ ਰਿਪੋਰਟਾਂ ਹੋਈਆਂ ਪਈਆਂ ਚਾਰੇ ਪਾਸੇ ਕੱਲ ਨੂੰ ਚੱਲੀਏ ਕਾਲਜ ਫਿਰ ਠੀਕ ਹੈ ਬਾਕੀ ਕਣਕ ਕੁਣਕ ਆ ਦੇਖ ਵਾਢਾ ਹਜੇ ਵੀ ਲੱਗਿਆ ਬਾਈ ਹਜੇ ਵੀ ਚੱਕ ਆ ਦੇਖ ਅੱਧੀ ਮੈਂ ਕਹਿੰਦਾ ਬਾਈ 10 ਕਿਲੋ ਘੱਟੋ ਘੱਟ ਖਾਲੀ ਹੋ ਗਈ ਹੋਣੀ ਆਰਾਮ ਨਾਲ ਵੀ ਆਹ ਚੱਕਿਆ ਵਾ ਪੱਲਾ ਚੱਕਿਆ ਮੈਂ ਢੱਕ ਗਿਆ ਤਾਂ ਤੇ ਚੱਲ ਕੋਈ ਗੱਲ ਨੀ ਠੀਕ ਹੈ ਸਾਰਿਆਂ ਦੇ ਹਿੱਸੇ ਦਾ ਦਾਣਾ ਪਾਣੀ ਬਾਈ ਰੱਬ ਨੇ ਲਿਖ ਕੇ ਭੇਜਿਆ ਵਾ ਠੀਕ ਹੈ ਉੱਪਰ ਤੇ ਪੱਕੀ ਜੀ ਨੇ ਜਿੰਨਾ ਕੁ ਖਾਣਾ ਠੀਕ ਹੈ ਉਨਾ ਕੁ ਉਹਨੇ ਹੰਢਾਉਣਾ ਠੀਕ ਹੈ ਸਿੱਧੀ ਜੀ ਗੱਲ ਹੈ ਵੀ ਕਿਸੇ ਦਾ ਛੱਡ ਯਾਰ ਸਿਆਣੀ ਦੀਆਂ ਗੱਲਾਂ ਅੱਜ ਨਹੀਂ ਕਰਨੀਆਂ ਕਿਸੇ ਹੋਰ ਦਿਨ ਕਰੂੰਗਾ ਠੀਕ ਹੈ ਅੱਜ ਮੂਡ ਨਹੀਂ ਹੈਗਾ ਸਿਆਣੀ ਦੀਆਂ ਗੱਲਾਂ ਕਰਨ ਦਾ ਕਿਉਂਕਿ ਮੈਂ ਪਹਿਲਾਂ ਵਲੌਗ 'ਚ ਸਟਾਰਟਿੰਗ ਦੇ ਵਿੱਚ ਕਹਿਤਾ ਮੈਂ ਕਹਿੰਦਾ ਚੌੜ ਨਹੀਂ ਕਰਦੇ ਵਿਚਲੇ ਟੁੱਟ ਜੂਗਾ ਜੇ ਉਹ ਉੱਥੇ ਪਿੱਛੇ ਚੜਿਆ ਪਿਆ ਹੈ ਚੱਲ ਕੋਈ ਗੱਲ ਨਹੀਂ ਚੱਲਦਾ ਰਹਿੰਦਾ ਇੰਨਾ ਲਓ ਜੀ ਬਾਈ ਚੇਤਕ ਦਿੱਤਾ ਆਪਾਂ ਖੜਾ ਠੀਕ ਹੈ ਅੰਦਰ ਕਿਉਂਕਿ ਹੁਣ ਮੈਂ ਬਾਹਰ ਤਾਂ ਖੜਾਏ ਨਹੀਂ ਅੰਦਰ ਹੀ ਖੜਾ ਤਿਆ ਅਤੇ ਬਾਈ ਉਹਦੇ ਛੋਟੇ ਟਾਇਰ ਤਾਂ ਕਰਕੇ ਨਹੀਂ ਚੜਦਾ ਜੇ ਮੋਟਰ ਮੋਟਰਸਾਈਕਲ ਹੋਵੇ ਫਿਰ ਤਾਂ ਆਰ ਪਾਰ ਹੋ ਜਾਵੇ ਬਾਕੀ ਕਰਦੇ ਹਾਂ ਵਲੌਗ ਨੂੰ ਠੀਕ ਹੈ ਇੱਥੇ ਐਂਡ ਜੇ ਵਲੌਗ ਵਧੀਆ ਲੱਗਾ ਤਾਂ ਬਾਈ ਚੈਨਲ ਨੂੰ ਲਾਈਕ ਕਰ ਦਿਓ ਠੀਕ ਹੈ ਚੈਨਲ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਟਟਰਮ ਪਟਰਮ ਜੋ ਮਰਜ਼ੀ ਕਰ ਦਿਓ ਠੀਕ ਹੈ ਅਤੇ ਬਾਕੀ ਮਿਲਦੇ ਹਾਂ ਕਿਸੇ ਅਗਲੇ ਘੰਟੇ ਵਲੌਗ ਵਿੱਚ ਚਲਦੇ ਨੂੰ ਬਾਈ